ਲੁਧਿਆਣਾ ਪੁਲਿਸ ਨੇ ਬੀਤੇ ਦਿਨੀ ਜਗਰਾਓਂ ਦੇ ਥਾਣਾ ਸੁਧਾਰ ਖੇਤਰ 'ਚ ਬੈਂਕ ਆਫ ਇੰਡੀਆ ਦੇ ਏਟੀਐਮ ਨੂੰ ਉਖਾੜ ਕੇ ਲੈ ਕੇ ਜਾਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਏਟੀਐਮ 'ਚ ਕਰੀਬ 2,00,000 ਰੁਪਏ ਦੀ ਕਰੰਸੀ ਸੀ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ PAU ਖੇਤਰ ਤੋਂ 12 ਨਵੰਬਰ ਨੂੰ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਸੀ ਅਤੇ 1 ਮੈਂਬਰ ਨੂੰ 8 ਨਵੰਬਰ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ 1 ਤੇਜ਼ਧਾਰ ਹਥਿਆਰ ਤੇ ਇਲੈਕਟ੍ਰੋਨਿਕ ਕਟਰ ਬਰਾਮਦ ਹੋਇਆ ਹੈ। ਇਹਨਾਂ ਦੇ ਹੋਰ ਸਾਥੀ ਹਜੇ ਫਰਾਰ ਦੱਸੇ ਜਾ ਰਹੇ ਹਨ। ਇੱਕ ਅਸੀਂ 9 ਮੈਂਬਰੀ ਗੈਂਗ ਨੂੰ ਆਈਡੈਂਟੀਫਾਈ ਕੀਤਾ ਹੈ, ਜਿਹਦੇ ਵਿੱਚ 3 ਮੈਂਬਰਸ ਅਸੀਂ ਅਰੈਸਟ ਕਰ ਲਏ ਹਾਂ ਐਂਡ 6 ਮੈਂਬਰਸ ਨੂੰ ਅਸੀਂ ਹਰੇ ਅਰੈਸਟ ਕਰਨਾ ਬਾਕੀ ਹੈ। ਇਹਨਾਂ ਨੇ ਇੱਕ ਬਹੁਤ ਹੀ ਸਨਸਨੀਖੇਜ਼ ਵਾਰਦਾਤ ਕੀਤੀ ਸੀ ਜਗਰਾਓਂ ਏਰੀਏ ਦੇ ਵਿੱਚ। ਇਹਨਾਂ ਨੇ ਇੱਕ ਏਟੀਐਮ ਸੁਧਾਰ ਥਾਣੇ ਦੇ ਅੰਡਰ ਇੱਕ ਬੈਂਕ ਦਾ ਏਟੀਐਮ ਲੁੱਟਿਆ ਸੀ, ਜਿਸ ਤੋਂ ਇਹਨਾਂ ਨੂੰ 23,00,000 ਰੁਪਏ ਜਿਹਦੇ ਵਿੱਚ ਸੀਗੇ ਏਟੀਐਮ ਦੇ ਵਿੱਚ, ਉਹ ਅਸੀਂ ਵਾਰਦਾਤ ਟਰੇਸ ਕਰ ਲਈ ਹੈ। ਇਸ ਤੋਂ ਇਲਾਵਾ ਇਹਨਾਂ ਨੇ 2 ਵਾਰਦਾਤਾਂ ਲੁਧਿਆਣੇ ਏਰੀਏ ਦੇ ਵਿੱਚ ਵੀ ਕੀਤੀ ਸੀਗੀਆਂ, ਜਿਸ 'ਚ ਇਹਨਾਂ ਨੇ ਅਟੈਂਪਟ ਕੀਤੀ ਸੀ ਏਟੀਐਮ ਮਸ਼ੀਨ ਨੂੰ ਲੈ ਕੇ ਜਾਣ ਦੀ। ਉਹ 2 ਵਾਰਦਾਤਾਂ ਇੱਕ 22 ਅਕਤੂਬਰ ਨੂੰ ਕੀਤੀ ਸੀਗੀ, ਇੱਕ 29 ਅਕਤੂਬਰ ਨੂੰ 2019 ਦੇ ਵਿੱਚ, ਅਤੇ ਉਹ ਦੋਨੋਂ ਵਾਰਦਾਤਾਂ ਵੀ ਅਸੀਂ ਇਹਨਾਂ ਤੋਂ ਟਰੇਸ ਕਰ ਲਈਆਂ। ਇਹ ਬੰਦੇ ਇਹਨਾਂ ਦੇ ਖਿਲਾਫ਼ 2016 ਦੇ ਵਿੱਚ ਵੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇਹਨਾਂ ਨੇ ਡਾਕਾ ਡਾਲਿਆ ਸੀ, ਉਹਦੇ ਵਿੱਚ ਇਹ ਅਰੈਸਟ ਹੋ ਗਏ ਸੀ, ਅਤੇ ਉਸ ਤੋਂ ਬਾਅਦ ਤਕਰੀਬਨ 1.5-2 ਸਾਲ ਹਰੇਕ ਮੈਂਬਰ ਜੇਲ੍ਹ ਦੇ ਵਿੱਚ ਰਿਹਾ, ਔਰ 2017-18 ਦੇ ਵਿੱਚ ਇਹਨਾਂ ਦੀ ਜ਼ਮਾਨਤਾਂ ਹੋ ਗਈਆਂ। ਉਸ ਤੋਂ ਬਾਅਦ ਦੁਬਾਰਾ ਇਹ ਬੈਂਕ ਡਕੈਤੀਆਂ ਦੀ ਵਾਰਦਾਤਾਂ ਕਰਨ ਲੱਗੇ। ਇਹਨਾਂ ਦੇ ਖਿਲਾਫ਼ ਰੁੜਕੀ ਦੇ ਵਿੱਚ ਵੀ ਕੁਝ ਮੈਂਬਰਸ ਦੇ ਖਿਲਾਫ਼ ਇੱਕ ਕੈਸ਼ ਵੈਨ ਲੁੱਟਣ ਦਾ ਪਰਚਾ ਦਰਜ ਹੈ, ਕਿਉਂਕਿ ਬੈਂਕ ਦੇ ਵਿੱਚ ਜਦੋਂ ਜਿਹੜੀ ਕੈਸ਼ ਵੈਨ ਪੈਸੇ ਲੈ ਕੇ ਜਾਂਦੀ ਹੈ ਉਹ ਇਹਨਾਂ ਨੇ ਲੁੱਟਿਆ ਸੀ ਉਹਨਾਂ ਨੂੰ, ਬੈਂਕ ਨੂੰ, ਵੈਨ ਨੂੰ, ਉਹ ਵੀ ਪਰਚਾ ਦਰਜ ਹੈ। ਐਂਡ ਅਸੀਂ ਔਰ ਵੀ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਕਿ ਕਿਹੜੀ ਕਿਹੜੀ ਵਾਰਦਾਤ ਇਹਨਾਂ ਨੇ ਕੀਤੀ। ਇਹਨਾਂ ਦਾ ਜਿਹੜਾ ਗੈਂਗ ਲੀਡਰ ਹੈ ਸੁਖਵਿੰਦਰ ਸਿੰਘ ਉਰਫ ਮੌਨੀ, ਜੋ ਕਿ ਇਸ ਗੈਂਗ ਦਾ ਲੀਡਰ ਹੈ, ਉਹਦੇ ਖਿਲਾਫ਼ ਉਹਦੇ ਉੱਪਰ ਅਸੀਂ 50,000 ਰੁਪਏ ਦਾ ਰਿਵਾਰਡ ਰੱਖਿਆ ਹੈ ਕਿ ਜੋ ਵੀ ਇਹਦੀ ਇਨਫੋਰਮੇਸ਼ਨ ਦਿੰਦਾ ਹੈ, ਅਰੈਸਟ ਕਰਵਾਉਂਦਾ ਹੈ, ਅਤੇ ਅਸੀਂ ਉਸਨੂੰ 50,000 ਰੁਪਏ ਰਿਵਾਰਡ ਵੀ ਦੇਵਾਂਗੇ। ਨਿਰਪੱਖ ਪੋਸਟ ਲਈ ਲੁਧਿਆਣਾ ਤੋਂ ਟਿੰਕੂ ਕੁਮਾਰ ਦੀ ਰਿਪੋਰਟ।